ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ। ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ, ਹਮੇਸ਼ਾ ਗੱਲ ਕਰਦੇ ਹਾਂ ਤੁਹਾਡੀ ਹੈਲਥ ਦੀ। ਹਮੇਸ਼ਾ ਸਾਡੇ ਸ਼ੋਅ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਡਾਕਟਰ ਨਵਦੀਪ ਸ਼ਰਮਾ ਜੀ, ਵਿਸ਼ਵ ਪ੍ਰਸਿੱਧ ਆਯੁਰਵੈਦਿਕ ਸਪੈਸ਼ਲਿਸਟ, ਜੋ ਕਿ ਹਮੇਸ਼ਾ ਹੀ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਉਹਨਾਂ ਨੂੰ ਡਿਸਕਸ ਕਰਦੇ ਨੇ। ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ, ਚਾਹੇ ਕੋਈ ਵੀ ਕ੍ਰਿਟੀਕਲ ਪ੍ਰੋਬਲਮ ਹੈਗੀ ਹੈ, ਕੈਂਸਰ, ਕਿਡਨੀ ਦੀ ਪ੍ਰੋਬਲਮਸ ਹੈਗੇ ਨੇ, HIV ਦੀ ਪ੍ਰੋਬਲਮ ਹੈਗੀ, ਇਨਫਰਟੀਲਿਟੀ ਦੀ ਪ੍ਰੋਬਲਮ ਹੈਗੀ ਹੈ, ਜਿਹਨੂੰ ਅਸੀਂ ਐਲੋਪੈਥੀ ਦੇ ਵਿੱਚ ਦੇਖਦੇ ਹੈਗੇ ਹਾਂ ਕਿ ਬੜੀ ਇੱਦਾਂ ਦੇ ਟ੍ਰੀਟਮੈਂਟ ਦੱਸੇ ਜਾਂਦੇ ਨੇ, ਉਸ ਤੋਂ ਬਾਅਦ ਡਰ ਹੀ ਲੱਗਣਾ ਸ਼ੁਰੂ ਹੋ ਜਾਂਦਾ। ਪਰ ਹਮੇਸ਼ਾ ਸਰ, ਜਿਵੇਂ ਕਿ ਸ਼ੋਅ ਦੇ ਵਿੱਚ ਵੀ ਡਿਸਕਸ ਕਰਦੇ ਨੇ ਕਿ ਨੋਰਮਲੀ ਆਯੁਰਵੇਦ ਦੇ ਨਾਲ ਠੀਕ ਕੀਤਾ ਜਾ ਸਕਦਾ, ਅਤੇ ਅੱਜ ਸਾਡੇ ਨਾਲ ਹੋਣਗੇ ਮੈਮ ਮੋਨਿਕਾ ਸ਼ਰਮਾ ਜੀ, ਜੋ ਕਿ ਪਿਛਲੇ 20 ਸਾਲਾਂ ਤੋਂ ਫੀਮੇਲਸ ਦੀ ਹਰ ਪ੍ਰੋਬਲਮ ਨੂੰ ਜਿਹੜਾ ਆ ਉਹ ਦੇਖਦੇ ਆ ਰਹੇ ਨੇ। ਬਹੁਤ ਸਾਰੀਆਂ ਫੀਮੇਲਸ ਆਉਂਦੀਆਂ ਨੇ, ਚਾਹੇ ਪ੍ਰੋਬਲਮ ਜਿੱਦਾਂ ਦੀ ਮਰਜ਼ੀ ਹੋਵੇ, ਚਾਹੇ PCOD ਦੀ ਗੱਲ ਕੀਤੀ ਜਾਵੇ, ਮੀਨੋਪੌਜ਼ ਦੀ ਗੱਲ ਕੀਤੀ ਜਾਵੇ, ਜਾਂ ਫਿਰ ਮੰਥਲੀ ਸਾਈਕਲਸ ਦੀ ਪ੍ਰੋਬਲਮ ਹੋ ਜਾਂਦੀ ਹੈ, ਜਾਂ ਫਿਰ ਇਨਫਰਟੀਲਿਟੀ ਦੀ ਪ੍ਰੋਬਲਮ ਹੋ ਜਾਂਦੀ, ਪ੍ਰੈਗਨੈਂਸੀ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਸੋ ਫੀਮੇਲਸ ਦੀਆਂ ਬਹੁਤ ਜ਼ਿਆਦਾ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਉਹ ਨੋਰਮਲੀ ਡਿਸਕਸ ਕਰਦੇ ਹੋਏ ਡਰਦੀਆਂ ਨੇ, ਈਵਨ ਆਪਣੇ ਘਰ ਦੇ ਵਿੱਚ ਵੀ। ਸੋ ਤੁਸੀਂ ਮੈਮ ਦੇ ਨਾਲ ਡਿਸਕਸ ਕਰ ਸਕਦੇ ਹੋ ਜੀ, ਨੰਬਰ ਲਗਾਤਾਰ TV ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰ ਤੇ 24 ਘੰਟੇ ਇਹ ਨੰਬਰ ਅਵੇਲੇਬਲ ਨੇ। ਇਹਨਾਂ ਨੰਬਰ ਤੇ ਕਿਸੇ ਵੀ ਵੇਲੇ ਕਾਲ ਕਰਕੇ ਤੁਸੀਂ ਆਪਣੀ ਪ੍ਰੋਬਲਮ ਡਿਸਕਸ ਕਰਨੀ ਹੈਗੀ ਆ, ਚਾਹੇ ਕੋਈ ਵੀ ਪ੍ਰੋਬਲਮ ਹੋਵੇ, ਦਵਾਈ ਘਰ ਬੈਠੇ ਮੰਗਵਾਉਣੀ ਹੈ, ਜਾਂ ਫਿਰ USA ਦੇ ਵਿੱਚ ਜਿਵੇਂ ਸੈਂਟਰਸ ਹੈਗੇ ਨੇ ਉਹਨਾਂ ਸੈਂਟਰਸ ਦੇ ਵਿੱਚ ਵਿਜ਼ਿਟ ਕਰਨਾ, ਉਹਦੇ ਲਈ ਪ੍ਰੋਪਰ ਐਡਰੈਸ ਚਾਹੀਦਾ ਹੈਗਾ, ਜਾਂ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਮਿਲਣਾ। ਡਾਕਟਰ ਮੈਮ ਜਿਹੜੇ ਸਾਡੇ ਅੱਜ ਸਾਡੇ ਸ਼ੋਅ ਦੇ ਵਿੱਚ ਸਾਡੇ ਨਾਲ ਹੋਣਗੇ ਮੋਨਿਕਾ ਸ਼ਰਮਾ ਜੀ, ਉਹਨਾਂ ਨੂੰ ਮਿਲਣਾ ਹੈਗਾ, ਤਾਂ ਵੀ ਅਪੁਆਇੰਟਮੈਂਟ ਫਿਕਸ ਕਰਵਾ ਸਕਦੇ ਹੋ ਇਹਨਾਂ ਨੰਬਰ 'ਤੇ ਕਾਲ ਕਰਕੇ ਤੁਸੀਂ। ਅਤੇ ਸੋ ਵੈਲਕਮ ਕਰ ਲੈਂਦੇ ਜੀ, ਵੈਲਕਮ ਮੈਮ। ਸੋ ਮੈਮ, ਅੱਜ ਅਸੀਂ ਡਿਸਕਸ ਕਰਾਂਗੇ, ਕਿਉਂਕਿ ਅੱਜ ਤੁਸੀਂ ਆਏ ਹੋ, ਟਾਈਮ ਕੱਢਿਆ, ਬਹੁਤ ਸਾਰੀਆਂ ਫੀਮੇਲਸ ਦੀਆਂ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ, ਹੈ ਨਾ, ਇਨਫਰਟੀਲਿਟੀ, ਬਾਂਝਪਨ ਦੀ ਸਮੱਸਿਆ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਹੈ, ਸੋ ਉਹਨੂੰ ਡਿਸਕਸ ਕਰਾਂਗੇ ਅੱਜ। ਅਸੀਂ ਦੇਖਦੇ ਹੈਗੇ ਹਾਂ ਕਿ ਆਲਮੋਸਟ ਜਦੋਂ ਵਿਆਹ ਨੂੰ ਥੋੜ੍ਹਾ ਜਿਹਾ ਟਾਈਮ ਹੋ ਜਾਂਦਾ, ਕੰਸੀਵ ਨਹੀਂ ਹੋ ਪਾਉਂਦਾ, ਫੀਮੇਲਸ ਨੂੰ ਹਮੇਸ਼ਾ ਹੀ ਬਲੇਮ ਕੀਤਾ ਜਾਂਦਾ, ਉਹਨੂੰ ਹੀ ਦਿਖਾਇਆ ਜਾਂਦਾ ਕਿ ਕਿਤੇ ਨਾ ਕਿਤੇ ਬਾਂਝਪਨ ਦੀ ਜਿਹੜੀ ਪ੍ਰੋਬਲਮ ਹੈਗੀ, ਇਨਫਰਟੀਲਿਟੀ ਦੀ ਪ੍ਰੋਬਲਮ ਹੈ। ਫਿਰ ਉਸ ਤੋਂ ਬਾਅਦ ਕੀ ਹੁੰਦਾ, ਹੋਸਪਿਟਲਸ ਦੇ ਚੱਕਰ ਜਿਹੜੇ ਲੱਗਣੇ ਉਹ ਸ਼ੁਰੂ ਹੋ ਜਾਂਦੇ ਨੇ। ਅਤੇ ਮੈਂ ਦੇਖਦੀ ਹੈਗੀ ਹਾਂ ਕਿ ਅੱਜ 10 ਦੇ ਵਿੱਚੋਂ 6-7 ਕਪਲਸ ਇੱਦਾਂ ਦੇ ਹੀ ਨੇ ਜੋ ਨੋਰਮਲੀ ਕੰਸੀਵ ਨਹੀਂ ਕਰ ਪਾਉਂਦੇ, ਉਹਨਾਂ ਨੂੰ ਹੋਸਪਿਟਲ ਜਾ ਕੇ ਮੈਡੀਸਿਨ ਲੈਣੀ ਪੈਂਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੀ, ਅੱਜ ਫੀਮੇਲ ਇਨਫਰਟੀਲਿਟੀ 'ਤੇ ਗੱਲ ਕਰਦੇ ਹੈਗੇ ਆ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੇ ਤੁਹਾਨੂੰ ਦੱਸ ਦਿੰਦੇ ਹਾਂ ਹੋਰ ਵੀ ਸਮੱਸਿਆਵਾਂ 'ਤੇ ਗੱਲ ਕਰਾਂਗੇ, ਫੀਮੇਲ ਇਨਫਰਟੀਲਿਟੀ ਦਾ ਅੱਜ ਦੇ ਟਾਈਮ ਦੇ ਵਿੱਚ ਰੀਜ਼ਨ ਕੀ ਹੈਗਾ, ਕਿਉਂ ਫੀਮੇਲਸ ਦੇ ਵਿੱਚ ਇੰਨੀ ਪ੍ਰੋਬਲਮ ਆ ਰਹੀ ਹੈ। ਦੇਖੋ ਮੈਮ, ਫੀਮੇਲ ਇਨਫਰਟੀਲਿਟੀ ਦਾ ਰੀਜ਼ਨ ਅੱਜ ਕੱਲ੍ਹ ਇਹ ਹੈ ਕਿ ਡਾਇਟ ਪ੍ਰੋਪਰ ਨਹੀਂ ਹੈ ਫੀਮੇਲਸ ਦੀ, ਡਾਇਟਰੀ ਡੈਫੀਸ਼ੀਐਂਸੀਜ਼ ਹੀ ਨੇ ਇਹ ਬੇਸਿਕਲੀ ਜਿਹੜੀਆਂ ਅੱਗੇ ਜਾ ਕੇ ਇਨਫਰਟੀਲਿਟੀ ਦਾ ਕਾਰਨ ਬਣ ਜਾਂਦੀਆਂ ਨੇ। ਪਹਿਲਾਂ ਤਾਂ ਫੀਮੇਲਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨਾਲ ਹੋ ਕੀ ਰਿਹਾ ਹੈ, ਲੇਕਿਨ ਉਹਨਾਂ ਨੂੰ ਪਤਾ ਹੀ ਉਦੋਂ ਚੱਲਦਾ ਹੈ ਜਦੋਂ ਉਹ ਇਨਫਰਟੀਲਿਟੀ ਵਾਸਤੇ ਟ੍ਰਾਇਲ ਕਰਦੀਆਂ ਨੇ, ਜਾਂ ਜਦੋਂ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ, ਜਾਂ 1 ਈਅਰ ਹੋ ਜਾਂਦਾ ਹੈ ਕਿ ਕੰਸੀਵ ਨਹੀਂ ਕਰ ਪਾਉਂਦੀਆਂ, ਫਿਰ ਉਹ ਇਸ ਚੀਜ਼ ਦੀ ਤਰਫ ਸੀਰੀਅਸ ਹੋ ਜਾਂਦੀਆਂ ਨੇ। ਜਦਕਿ ਫੀਮੇਲਸ ਨੂੰ, ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਦੱਸਿਆ ਕਿ ਬਲੇਮ ਕੀਤਾ ਜਾਂਦਾ ਹੈ ਫੀਮੇਲਸ ਨੂੰ, ਕੰਸੀਵ ਨਹੀਂ ਕਰ ਪਾ ਰਹੀਆਂ, ਤਾਂ ਸਾਡੀ ਸੋਸਾਇਟੀ ਫੀਮੇਲ ਨੂੰ ਬਲੇਮ ਕਰਦੀ ਹੈ। ਇਸ ਚੀਜ਼ ਤੋਂ ਬਚਣ ਲਈ ਇੱਕ ਫੀਮੇਲ ਜਿਹੜੀ ਕਿ ਅੱਜ ਪ੍ਰੋਪਰ ਐਜੂਕੇਟਿਡ ਹੈ, ਉਹਨੂੰ ਪਹਿਲੇ ਹੀ ਅਵੇਅਰ ਹੋਣਾ ਚਾਹੀਦਾ ਹੈ ਕਿ ਰੀਜ਼ਨ ਹੋ ਸਕਦੇ ਨੇ ਇਨਫਰਟੀਲਿਟੀ ਦੇ, ਅਤੇ ਕਿਸ ਤਰ੍ਹਾਂ ਉਹ ਇਹਨਾਂ ਚੀਜ਼ਾਂ ਤੋਂ ਬਚ ਸਕਦੀ ਹੈ। ਅਤੇ ਅਸੀਂ ਫੀਮੇਲ ਇਨਫਰਟੀਲਿਟੀ ਦੇ ਜੇ ਰੀਜ਼ਨ ਵੱਲ ਹੋਈਏ, ਤਾਂ ਸਭ ਤੋਂ ਪਹਿਲਾਂ ਔਰ ਜਿਹੜਾ ਮੇਨ ਰੀਜ਼ਨ ਹੈ, ਐਨ ਓਵੂਲੇਸ਼ਨ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਜਿਹੜੇ ਐਗਸ ਨੇ ਉਹ ਮਤਲਬ ਪ੍ਰੋਪਰਲੀ ਓਵੂਲੇਟ ਨਹੀਂ ਹੋ ਰਹੇ। ਇਹਦੇ ਵਿੱਚ ਇਹ ਹੈ ਕਿ ਫੀਮੇਲ ਨੂੰ ਪਤਾ ਨਹੀਂ ਚੱਲਦਾ, ਇੱਕ ਗਰਲ ਪ੍ਰੋਪਰਲੀ ਮੈਂਸੂਰੇਟ ਕਰ ਰਹੀ ਆ, ਉਹਦਾ ਸਾਈਕਲ ਵੀ 28 ਡੇਜ਼ ਹੈ, ਲੇਕਿਨ ਉਹਨੂੰ ਪਤਾ ਨਹੀਂ ਚੱਲੇਗਾ ਔਰ ਉਹਦੇ ਜਿਹੜੇ ਐਗ ਨੇ ਉਹ ਪ੍ਰੋਪਰਲੀ ਨਹੀਂ ਬਣ ਪਾ ਰਹੇ। ਅਤੇ ਕਿਤੇ ਨਾ ਕਿਤੇ ਇਹ ਰਿਲੇਟਡ ਟੂ ਫਿਰ ਉਹਨਾਂ ਦੀ ਲਾਈਫ ਸਟਾਈਲ ਐਂਡ ਡਾਇਟ ਦੇ ਨਾਲ ਹੀ ਹੈ, ਕਿਉਂਕਿ ਜੰਕ ਫੂਡ ਬਹੁਤ ਖਾ ਰਹੀਆਂ ਨੇ ਗਰਲਸ ਅੱਜ ਕੱਲ੍ਹ, ਔਰ ਕਿਉਂਕਿ ਬਿਜ਼ੀ ਸਕੈਡਿਊਲ ਨੇ, ਜੋਬਸ ਵਗੈਰਾ ਨੇ, ਔਰ ਪ੍ਰੋਪਰ ਡਾਇਟ ਵੱਲ ਧਿਆਨ ਨਹੀਂ ਦੇ ਰਹੀਆਂ, ਔਰ ਜ਼ਿਆਦਾ ਤੋਂ ਜ਼ਿਆਦਾ ਐਟ ਦਾ ਮੋਸਟ ਉਹ ਜਿਮ ਜੁਆਇਨ ਕਰ ਲੈਣਗੀਆਂ, ਲੇਕਿਨ ਇਹ ਯੋਗਾ ਔਰ ਪ੍ਰਾਣਾਯਾਮ ਸਭ ਕੁਛ ਭੁੱਲ ਚੁੱਕੀਆਂ ਨੇ। ਤਾਂ ਇਹ ਸਭ ਚੀਜ਼ਾਂ ਐਡ ਆਨ ਹੋ ਜਾਂਦੀਆਂ ਨੇ ਫੈਕਟਰ, ਜਿਹਦੇ ਕਰਕੇ ਇਹ ਕੁਛ ਪ੍ਰੋਬਲਮਸ ਆ ਜਾਂਦੀਆਂ ਨੇ ਫੀਮੇਲਸ ਨੂੰ। ਔਰ ਦੂਸਰਾ ਜਿਹੜਾ ਮੇਨ ਰੀਜ਼ਨ ਹੈ ਇਨਫਰਟੀਲਿਟੀ ਦਾ, ਉਹ PCOD ਹੈ, ਜਿਹੜਾ ਕਿ ਅੱਜ ਕੱਲ੍ਹ ਅਸੀਂ ਗੱਲ ਕਰੀਏ ਤਾਂ 50-60% ਫੀਮੇਲ ਜਿਹੜੀਆਂ ਨੇ PCOD ਨਾਲ ਗ੍ਰਸਿਤ ਨੇ। ਔਰ ਇਹਦੇ ਵਿੱਚ ਇਹ ਹੁੰਦਾ ਹੈ ਕਿ ਫੀਮੇਲ ਨੂੰ, ਜਿਸ ਤਰ੍ਹਾਂ ਇੱਕ ਨੋਰਮਲ ਗਰਲ ਹੈ, ਅਗਰ ਉਹਦੇ ਮੈਂਸਿਸ ਡਿਲੇਡ ਨੇ, ਉਹਦਾ 28 ਡੇਜ਼ ਦੀ ਬਜਾਏ ਉਹਦਾ 35 ਡੇਜ਼ ਸਾਈਕਲ ਹੈ, ਔਰ ਕੁਛ ਇੱਕ ਉਹ ਵੇਟ ਵੀ ਪੁੱਟ ਔਨ ਕਰ ਰਹੀ ਹੈ, ਉਹਦਾ ਹੇਅਰ ਫਾਲ ਵੀ ਹੋ ਰਿਹਾ ਹੈ,
ਹੈ ਅਗਰ ਉਹਦੇ ਐਕਨੇਸ ਵੀ ਨੇ ਮਤਲਬ ਇਹ ਥੋੜ੍ਹੇ ਥੋੜ੍ਹੇ ਸਿਮਟਮਸ ਨੇ ਜਿਹੜੇ ਸਮ ਟਾਈਮ ਜਿਹੜੀ ਇਹ ਗਰਲ ਹੈ ਉਹ ਜਾਣ ਸਕਦੀ ਹੈ ਕਿ ਹੋ ਸਕਦਾ ਹੈ ਇਟ ਮੇ ਬੀ ਅ ਪੀ ਸੀ ਓ ਡੀ ਲੇਟਰ ਔਨ ਮੈਨੂੰ ਇਹ ਪ੍ਰੋਬਲਮ ਰਹੇ ਅਗਰ ਫੈਮਿਲੀ ਦੇ ਵਿੱਚ ਅਗਰ ਉਹਦੇ ਦਾਦੀ ਦਾਦਾ ਜਾਂ ਗ੍ਰੈਂਡ ਪੇਰੈਂਟਸ ਨਾਨੀ ਨਾਨਾ ਕਿਸੇ ਨੂੰ ਡਾਇਬਿਟੀਜ਼ ਹੈ ਤਾਂ ਸ਼ੀ ਸ਼ੁੱਡ ਬੀ ਵੈਰੀ ਮੱਚ ਕੋਨਸ਼ੀਅਸ ਕਿ ਹਾਂ ਮੈਨੂੰ ਪ੍ਰੋਪਰ ਅਵੇਅਰ ਹੋਣਾ ਚਾਹੀਦਾ ਹੈ ਕਿਤੇ ਮੈਨੂੰ ਇਹ ਪ੍ਰੋਬਲਮ ਲੇਟਰ ਔਨ ਨਾ ਹੋ ਜਾਏ ਅਤੇ ਉਹਦੇ ਕਰਕੇ ਉਹਨੂੰ ਪ੍ਰੋਪਰ ਪ੍ਰਾਣਾਯਾਮ ਔਰ ਕਪਾਲ ਭਾਤੀ ਇਹ ਸਾਰੇ ਯੋਗਾ ਵਗੈਰਾ ਕਰਨੇ ਚਾਹੀਦੇ ਨੇ ਫਿਜ਼ੀਕਲੀ ਆਪਣੇ ਆਪ ਨੂੰ ਐਕਟਿਵ ਕਰਨਾ ਚਾਹੀਦਾ ਹੈ ਡਾਇਟ ਜਿਹੜੀ ਹੈ ਪ੍ਰੋਪਰ ਲੈਣੀ ਚਾਹੀਦੀ ਹੈ ਬਾਹਰ ਦਾ ਜੰਕ ਫੂਡ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਔਰ ਪ੍ਰੋਬਲਮ ਜਿਹੜੀ ਹੈ ਬਿਲਕੁਲ ਡਾਇਟ ਦੇ ਨਾਲ ਹੀ ਰਿਲੇਟਡ ਹੈ ਜਿਸ ਤਰ੍ਹਾਂ ਉਹਦਾ ਵੇਟ ਕੰਟਰੋਲ ਰਹੇਗਾ ਔਰ ਪੀ ਸੀ ਓ ਡੀ ਉਹਨੂੰ ਤੰਗ ਵੀ ਨਹੀਂ ਕਰੇਗਾ ਬਿਲਕੁਲ ਸੋ ਮੈਮ ਜਿਵੇਂ ਕਿ ਜਦੋਂ ਵੀ ਇਨਫਰਟੀਲਿਟੀ ਦੀ ਗੱਲ ਹੁੰਦੀ ਹੈਗੀ ਹੈ ਅਤੇ ਕੌਨਸ਼ੀਅਸ ਜਿਵੇਂ ਪੀ ਸੀ ਓ ਡੀ ਦੀ ਅਸੀਂ ਗੱਲ ਕਰ ਰਹੇ ਹਾਂ ਹੈ ਨਾ ਇਹ ਤਾਂ ਬਿਫੋਰ ਮੈਰਿਜ ਵੀ ਕੁੜੀਆਂ ਨੂੰ ਆਮ ਪ੍ਰੋਬਲਮ ਜਿਹੜੀ ਆ ਜਾਂਦੀ ਹੈਗੀ ਸੋ ਕੌਨਸ਼ੀਅਸ ਨਹੀਂ ਹੁੰਦੀਆਂ ਉਹਨਾਂ ਨੂੰ ਹੁੰਦਾ ਕਿ ਚਲੋ ਠੀਕ ਹੈ ਨੋਰਮਲ ਹੈ ਮੈਂ ਦੇਖਿਆ ਹੈਗਾ ਕਿ ਲੋਕ ਉਦੋਂ ਅਲਰਟ ਹੁੰਦੇ ਨੇ ਜਦੋਂ ਆਫਟਰ ਮੈਰਿਜ ਉਹ ਕਨਸੀਵ ਨਹੀਂ ਕਰ ਪਾਉਂਦੇ ਫਿਰ ਲੱਗਦਾ ਹੈਗਾ ਫਿਰ ਟ੍ਰੀਟਮੈਂਟ ਵੱਲ ਅਸੀਂ ਵੱਧਦੇ ਹੈਗੇ ਆ ਪਹਿਲਾਂ ਨਹੀਂ ਠੀਕ ਹੈ ਜੀ ਮੰਥਲੀ ਸਾਈਕਲਸ ਵੀ 5-7 ਦਿਨ ਦਾ ਉੱਪਰ ਨੀਚੇ ਹੋ ਜਾਵੇ ਅਤੇ ਇਗਨੋਰ ਜਿਹੜਾ ਕੀਤਾ ਜਾਂਦਾ ਹੈ ਸੋ ਪੀ ਸੀ ਓ ਡੀ ਦੇ ਵਿੱਚ ਇੱਕ ਤਾਂ ਤੁਸੀਂ ਦੱਸਿਆ ਪਹਿਲਾਂ ਆਪਾਂ ਪੀ ਸੀ ਓ ਡੀ ਦੀ ਹੁਣ ਗੱਲ ਕਰ ਲੈਂਦੇ ਹਾਂ ਕਿਉਂਕਿ ਮੇਨ ਰੀਜ਼ਨ ਤਾਂ ਇਨਫਰਟੀਲਿਟੀ ਦਾ ਇਹੀ ਹੈਗਾ ਸੋ ਅਨਮੈਰਿਡ ਫੀਮੇਲਸ ਵੀ ਸਾਡਾ ਸ਼ੋਅ ਦੇਖ ਰਹੀਆਂ ਹੋਣਗੀਆਂ ਸੋ ਇੱਕ ਫੈਮਲੀ ਨੂੰ ਕੋਆਪਰੇਟ ਕਰਨਾ ਉਹਨਾਂ ਦੇ ਮਦਰਸ ਨੂੰ ਕੋਆਪਰੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿਉਂਕਿ ਗਰਲਸ ਕਈ ਵਾਰ ਡਿਸਕਸ ਨਹੀਂ ਕਰ ਪਾਉਂਦੀਆਂ ਈਵਨ ਜੇ ਮਦਰਸ ਦੇ ਨਾਲ ਕਰਦੀਆਂ ਵੀ ਨੇ ਤਾਂ ਇਗਨੋਰ ਥੋੜ੍ਹਾ ਜਿਹਾ ਕਰ ਦਿੱਤਾ ਜਾਂਦਾ ਜਾਂ ਨੋਰਮਲ ਮੈਡੀਸਿਨ ਲੈ ਲਈਆਂ ਜਾਂਦੀਆਂ ਨੇ ਸੋ ਪੀ ਸੀ ਓ ਡੀ ਦੀ ਗੱਲ ਕੀਤੀ ਜਾਵੇ ਇੱਕ ਤਾਂ ਤੁਸੀਂ ਦੱਸਿਆ ਡਾਇਟ ਦੂਸਰਾ ਕੋਈ ਨੋਰਮਲ ਜਿੱਦਾਂ ਕੋਈ ਹੋਰ ਟ੍ਰੀਟਮੈਂਟ ਹੈਗਾ ਕਿਉਂਕਿ ਮੈਂ ਦੇਖਿਆ ਕਿ ਜਦੋਂ ਇੱਦਾਂ ਦੀ ਪ੍ਰੋਬਲਮ ਆਉਂਦੀ ਜੇਕਰ ਅਸੀਂ ਜਾਣੇ ਵੀ ਹਾਂ ਹੈ ਨਾ ਮੈਡੀਸਿਨ ਲੈਣ ਨੋਰਮਲ ਟੈਬਲੇਟਸ ਮੈਡੀਸਿਨ ਦੇ ਦਿੱਤੀਆਂ ਜਾਂਦੀਆਂ ਨੇ ਇੱਕ ਦੋ ਮਹੀਨੇ ਫਰਕ ਪੈਂਦਾ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਸੋ ਆਯੁਰਵੇਦ ਦੇ ਵਿੱਚ ਪੀ ਸੀ ਓ ਡੀ ਦਾ ਟ੍ਰੀਟਮੈਂਟ ਦੇਖੋ ਅਸੀਂ ਆਯੁਰਵੇਦਾ 'ਚ ਬਿਲੀਵ ਇਹ ਕਰਦੇ ਹਾਂ ਕਿ ਪੀ ਸੀ ਓ ਡੀ ਜਿਹੜੀ ਹੈ ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਦੀ ਬੋਡੀ ਦੇ ਵਿੱਚ ਪਿੱਤ ਦੋਸ਼ ਜਿਹੜਾ ਪ੍ਰਕੂਪਿਤ ਹੋਇਆ ਹੋਇਆ ਸੋ ਅਸੀਂ ਪੀ ਸੀ ਓ ਡੀ ਦੇ ਵਿੱਚ ਫੀਮੇਲਸ ਨੂੰ ਹਰਬਸ ਦਿੰਦੇ ਹਾਂ ਜਿਹੜੀਆਂ ਕਿ ਪਿੱਤ ਦੋਸ਼ ਨੂੰ ਇਨਕਰੀਜ਼ ਕਰਦੀਆਂ ਨੇ ਬਾਕੀ ਡੇਲੀ ਰੂਟੀਨ ਦੇ ਵਿੱਚ ਉਹ ਕਪਾਲ ਭਾਤੀ ਜਿਹੜੀ ਕਿ ਉਹਨਾਂ ਨੂੰ ਕਰਨੀ ਚਾਹੀਦੀ ਹੈ ਔਰ ਯੂਟਿਊਬ 'ਤੇ ਬੜੇ ਚੈਨਲਸ ਨੇ ਉਹਨਾਂ ਨੂੰ ਦੇਖ ਕੇ ਉਹ ਕਪਾਲ ਭਾਤੀ ਵੀ ਕਰ ਸਕਦੇ ਨੇ ਔਰ ਇੱਕ ਮੂਲ ਬੰਦ ਹੁੰਦਾ ਹੈ ਪੈਲਵਿਕ ਮਸਲ ਐਕਸਰਸਾਈਜ਼ ਹੈ ਜਿਹਦੇ ਕਰਕੇ ਉਹਨਾਂ ਦੀ ਬੋਡੀ ਦੇ ਵਿੱਚ ਪਿੱਤ ਦੋਸ਼ ਇਨਕਰੀਜ਼ ਹੋ ਜਾਂਦਾ ਹੈ ਔਰ ਪੀ ਸੀ ਓ ਡੀ ਵੀ ਆਪਣੇ ਆਪ ਸਲੋਲੀ ਗ੍ਰੈਜੂਅਲੀ ਚੈੱਕ ਹੋ ਜਾਂਦਾ ਹੈ ਔਰ ਅਸ਼ੋਕ ਜੋ ਹੈ ਉਹਨਾਂ ਦੀ ਛਾਲ ਵੀ ਯੂਜ਼ ਕੀਤੀ ਜਾ ਸਕਦੀ ਹੈ ਔਰ ਇਸ ਤਰ੍ਹਾਂ ਹੋਰ ਵੀ ਡਾਇਟ ਜਿਹੜੀ ਹੈ ਰੈਗੂਲੇਟ ਕਰ ਲੈਣ ਉਹ ਪ੍ਰੋਪਰ ਜਿਹੜੀ ਆਪਣੇ ਆਪ ਨੂੰ ਫਿਜ਼ੀਕਲੀ ਐਕਟਿਵ ਕਰ ਲੈਣ ਔਰ ਇਹ ਸਭ ਚੀਜ਼ਾਂ ਦੇ ਨਾਲ ਉਹ ਆਪਣਾ ਪੀ ਸੀ ਓ ਡੀ ਜੋ ਹੈ ਉਹ ਕਾਫੀ ਹੱਦ ਤੱਕ ਚੈੱਕ ਰੱਖ ਸਕਦੀ ਹੈ ਨੋਰਮਲ ਕਰ ਸਕਦੇ ਨੇ ਸੋ ਬਿਲਕੁਲ ਜੀ ਸੋ ਕਪਾਲ ਭਾਤੀ ਦੱਸਿਆ ਹੈਗਾ ਹੋਰ ਵੀ ਜੇਕਰ ਯੋਗਾ ਦੀ ਹੋਰ ਵੀ ਕੁਛ ਸਿੱਖਣਾ ਹੈਗਾ ਅਤੇ ਡਾਕਟਰ ਨਵਦੀਪ ਸ਼ਰਮਾ ਜੀ ਦਾ ਯੂਟਿਊਬ ਚੈਨਲ ਹੈਗਾ ਉਸ ਨੂੰ ਵੀ ਤੁਸੀਂ ਸਰਚ ਕਰਕੇ ਪ੍ਰੋਪਰ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਸੋ ਮੈਮ ਜਿਵੇਂ ਤੁਸੀਂ ਗੱਲ ਕੀਤੀ ਡਾਇਟ ਦੀ ਗੱਲ ਕੀਤੀ ਹੈਗੀ ਹੈ ਨਾ ਵੀ ਡਾਇਟ ਕਈ ਵਾਰੀ ਮੈਂ ਦੇਖਦੀ ਹੈਗੀ ਹਾਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਆਪਣੀ ਰੂਟੀਨ ਇੰਨੀ ਜ਼ਿਆਦਾ ਟਾਈਟ ਹੋ ਗਈ ਹੈ ਕਿ ਧਿਆਨ ਨਹੀਂ ਦਿੱਤਾ ਜਾਂਦਾ ਡਾਇਟ ਵੱਲ ਸੋ ਕੁਛ ਉੱਦਾਂ ਦਾ ਕੋਂਬੀਨੇਸ਼ਨ ਕੋਈ ਮੈਡੀਸਿਨ ਇੱਦਾਂ ਦੀ ਹੈਗੀ ਹੈ ਕਿ ਉਹਨੂੰ ਹੀ ਲੈ ਲਿਆ ਜਾਏ ਅਤੇ ਪੀ ਸੀ ਓ ਡੀ ਪ੍ਰੋਬਲਮ ਠੀਕ ਹੋ ਜਾਵੇ ਬਿਲਕੁਲ ਮੈਮ ਕੋਂਬੀਨੇਸ਼ਨ ਵੀ ਹੈ ਹਰਬਲ ਸਾਡੀ ਸਿਸਟ ਕੇਅਰ ਨਾਮ ਤੋਂ ਇੱਕ ਆਉਂਦੀ ਹੈ ਕੋਂਬੀਨੇਸ਼ਨ ਜਿਹੜੀ ਸਪੈਸੀਫਿਕਲੀ ਫੋਰ ਪੀ ਸੀ ਓ ਡੀ ਹੀ ਹੈ ਅਸੀਂ ਉਹ ਦਿੰਦੇ ਹਾਂ ਬਟ ਨਾਲ ਉਹਨਾਂ ਨੂੰ ਡਾਇਟ ਵਾਸਤੇ ਵੀ ਜ਼ਰੂਰ ਗਾਈਡ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੀ ਡਾਇਟ ਪਾਰਟੀਕੁਲਰ ਰੱਖਣੀ ਹੈ ਔਰ ਇਹਦੇ ਵਿੱਚ ਇਹ ਨਹੀਂ ਹੈ ਕਿ ਮਤਲਬ ਕਈ ਫੀਮੇਲ ਇਹ ਸੋਚਦੇ ਨੇ ਕਿ ਮੈਂ ਓਬੀਸ ਹਾਂ ਤਾਂ ਮੈਂ ਬਿਲਕੁਲ ਆਪਣਾ ਵੇਟ ਘੱਟ ਕਰਕੇ ਜਾਂ ਇਹਨੂੰ ਫਿਰ ਪੀ ਸੀ ਓ ਡੀ ਨੂੰ ਚੈੱਕ ਰੱਖ ਸਕਦੀ ਹਾਂ ਬਟ ਉਹਨਾਂ ਨੂੰ ਅਸੀਂ ਇੰਟਰਵਲਸ ਇਹ ਗਾਈਡ ਕਰਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਲੈਣਾ ਹੈ ਪਲੱਸ ਸਾਈਡ ਬਾਏ ਸਾਈਡ ਸਿਸਟ ਕੇਅਰ ਅਸੀਂ ਕੈਪਸੂਲ ਉਹਨਾਂ ਨੂੰ ਗਾਈਡ ਕਰਦੇ ਹਾਂ ਜਿਹੜੇ ਬਹੁਤ ਅੱਛੇ ਰਿਜ਼ਲਟ ਨੇ ਪੀ ਸੀ ਓ ਡੀ ਦੇ ਵਿੱਚ ਔਰ ਲੇਟਰ ਉਹਨਾਂ ਨੂੰ ਪ੍ਰੈਗਨੈਂਸੀ ਦੇ ਵਿੱਚ ਵੀ ਹੈਲਪ ਆਊਟ ਕਰਦੇ ਹਾਂ ਬਿਲਕੁਲ ਜੀ ਸੋ ਪੀ ਸੀ ਓ ਡੀ 'ਤੇ ਜੇਕਰ ਤੁਹਾਨੂੰ ਪ੍ਰੋਬਲਮ ਲੱਗ ਰਹੀ ਆ ਹੁਣ ਚਾਹੇ ਨਹੀਂ ਵੀ ਮੈਰਿਜ ਹੋਈ ਏਜ ਘੱਟ ਹੈਗੀ ਆ ਜੇਕਰ ਤੁਹਾਨੂੰ ਇੱਦਾਂ ਦੇ ਸਿਮਟਮਸ ਦਿਖ ਰਹੇ ਨੇ ਮੋਟਾਪਾ ਵੱਧ ਰਿਹਾ ਜਾਂ ਫੇਸ 'ਤੇ ਪਿੰਪਲਸ ਹੋਣੇ ਸ਼ੁਰੂ ਹੋ ਗਏ ਨੇ ਵਾਲ ਚੜ ਰਹੇ ਨੇ ਮੰਥਲੀ ਸਾਈਕਲਸ ਜਿਹੜੇ ਨੇ ਉਹ ਪ੍ਰੋਪਰ ਟਾਈਮ 'ਤੇ ਨਹੀਂ ਆ ਰਹੇ ਅੱਗੇ ਜਾਂ ਪਿੱਛੇ ਆ ਰਹੇ ਨੇ ਸੋ ਪੀ ਸੀ ਓ ਡੀ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਬਲਮ ਜਿਹੜੀ ਆ ਉਹ ਜ਼ਰੂਰ ਆ ਸਕਦੀ ਸੋ ਅਵੇਅਰ ਹੋਣਾ ਬਹੁਤ ਜ਼ਰੂਰੀ ਹੈਗਾ ਸਿਸਟ ਕੇਅਰ ਮੈਮ ਨੇ ਦੱਸੇ ਹੈਗੇ ਨੇ ਕੈਪਸੂਲਸ ਨੇ ਇਹਨਾਂ ਨੂੰ ਵੀ ਤੁਸੀਂ ਮੰਗਵਾ ਸਕਦੇ ਹੋ ਉਹਦੇ ਲਈ ਨੰਬਰ ਜੋ ਫਲੈਸ਼ ਹੋ ਰਹੇ ਨੇ ਬਾਰ ਬਾਰ ਅਸੀਂ ਕਹਿੰਦੇ ਹਾਂ ਜੀ ਇਹਨਾਂ ਨੰਬਰ 'ਤੇ ਹੀ ਪ੍ਰੋਪਰ ਜੋ ਵੀ ਇਨਫੋਰਮੇਸ਼ਨ ਲੈਣੀ ਹੈ ਕੋਈ ਵੀ ਆਪਣੀ ਪ੍ਰੋਬਲਮ ਜਿਹੜੀ ਹੈ ਡਿਸਕਸ ਕਰਨੀ ਹੈਗੀ ਇਹਨਾਂ ਨੰਬਰ 'ਤੇ ਕਾਲ ਕਰਕੇ ਡਿਸਕਸ ਕਰ ਸਕਦੇ ਹੋ ਦਵਾਈ ਘਰ ਬੈਠੇ ਮੰਗਵਾਉਣੀ ਹੈਗੀ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਯੂ ਐੱਸ ਏ ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਸੈਂਟਰਸ ਹੈਗੇ ਨੇ ਕੈਲੀਫੋਰਨੀਆ ਨਿਊਯਾਰਕ ਦੇ ਵਿੱਚ ਐਰੀਜ਼ੋਨਾ ਦੇ ਵਿੱਚ ਫਲੋਰੀਡਾ ਦੇ ਵਿੱਚ ਹੈਗਾ ਆ ਹੋਰ ਵੀ ਬਹੁਤ ਜਗ੍ਹਾ 'ਤੇ ਸੈਂਟਰਸ ਨੇ ਉਹਨਾਂ ਦੇ ਪ੍ਰੋਪਰ ਐਡਰੈਸ ਲੈਣੇ
ਉਹ ਵੀ ਇਹਨਾਂ ਨੰਬਰ ਤੋਂ ਕਾਲ ਕਰਕੇ ਲੈ ਸਕਦੇ ਹੋ। ਸੋ ਜਿਵੇਂ ਹਮੇਸ਼ਾ ਅੱਗੇ ਸ਼ੋਅਜ਼ ਦੇ ਵਿੱਚ ਡਿਸਕਸ ਕਰਦੇ ਹਾਂ ਜੀ, ਦਿੱਲੀ ਦੇ ਵਿੱਚ ਇੱਕ ਇਨਡੋਰ ਐਕਟੀਵਿਟੀਜ਼ ਜਿਹੜੀਆਂ ਬਹੁਤ ਵੱਡੇ ਲੈਵਲ 'ਤੇ ਕਰਵਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਵਿਜ਼ਿਟ ਕਰਨਾ ਹੈਗਾ ਤਾਂ ਵੀ ਤੁਸੀਂ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ। ਡਾਕਟਰ ਨਵਦੀਪ ਸ਼ਰਮਾ ਜੀ ਨੂੰ ਮਿਲਣਾ, ਉਹ 14 ਅਤੇ 15 ਅਗਸਤ ਨੂੰ ਨਿਊਯਾਰਕ ਦੇ ਵਿੱਚ ਹੋਣਗੇ, 17 ਅਤੇ 18 ਨੂੰ ਕੈਲੀਫੋਰਨੀਆ ਦੇ ਵਿੱਚ ਹੋਣਗੇ, ਅਪੋਇੰਟਮੈਂਟ ਫਿਕਸ ਕਰਵਾ ਸਕਦੇ ਹੋ। ਸੋ ਮੈਮ ਵੀ ਕੈਲੀਫੋਰਨੀਆ ਦੇ ਵਿੱਚ ਹੋਣਗੇ, ਤੁਸੀਂ ਇਹਨਾਂ ਨੂੰ ਵੀ ਮਿਲਣਾ ਹੈਗਾ ਤਾਂ ਵੀ ਅਪੋਇੰਟਮੈਂਟ ਫਿਕਸ ਕਰਵਾ ਸਕਦੇ ਹੋ। ਸੋ ਮੈਮ ਪੀ ਸੀ ਓ ਡੀ ਦੀ ਗੱਲ ਕੀਤੀ, ਠੀਕ ਹੈ, ਇਸ ਤੋਂ ਬਾਅਦ ਇੱਦਾਂ ਦੀਆਂ ਇਹ ਪ੍ਰੋਬਲਮ ਹੌਲੀ ਹੌਲੀ ਇਨਫਰਟੀਲਿਟੀ ਦੀ ਵਜ੍ਹਾ ਬਣ ਜਾਂਦੀਆਂ ਨੇ। ਹੁਣ ਮੰਨ ਲਓ ਕਿ ਇਨਫਰਟੀਲਿਟੀ ਦੀ ਪ੍ਰੋਬਲਮ ਆ, ਬਾਝਪਨ ਦੀ ਸਮੱਸਿਆ, ਵਿਆਹ ਨੂੰ ਟਾਈਮ ਹੋ ਗਿਆ ਹੈਗਾ, ਜਦੋਂ ਅਸੀਂ ਨੋਰਮਲ ਜਾਂਦੇ ਹਾਂ ਹੋਸਪਿਟਲ ਦੇ ਵਿੱਚ, ਹੈ ਨਾ, ਅਤੇ ਹਮੇਸ਼ਾ ਮੈਂ ਦੇਖਿਆ ਹੈਗਾ ਸੁਜੈਸਟ ਕੀਤਾ ਜਾਂਦਾ IVF ਜਾਂ ਫਿਰ ਟੈਸਟ ਟਿਊਬ ਬੇਬੀ, ਹੈ ਨਾ, ਅਤੇ ਮੇਰੇ ਖਿਆਲ ਦੇ ਵਿੱਚ ਇਹ ਬੜੀਆਂ ਪ੍ਰੋਬਲਮ ਵੀ ਕ੍ਰੀਏਟ ਹੋ ਜਾਂਦੀਆਂ ਨੇ ਇਹਨਾਂ ਦੇ ਨਾਲ। ਸੋ ਆਯੁਰਵੇਦ ਦੀ ਜੇਕਰ ਗੱਲ ਕੀਤੀ ਜਾਵੇ, ਇਹਨੂੰ ਨੋਰਮਲ ਇਨਫਰਟੀਲਿਟੀ ਨੂੰ ਅਸੀਂ ਨੋਰਮਲੀ ਠੀਕ ਕਰ ਸਕਦੇ ਹੈਗੇ, ਨੋਰਮਲੀ ਇੱਕ ਫੀਮੇਲ ਜਿਹੜੀ ਉਹ ਕੰਸੀਵ ਕਰ ਸਕਦੀ ਹੈ ਕਿ ਉਹਨੂੰ IVF ਜਾਂ ਟੈਸਟ ਟਿਊਬ ਬੇਬੀ ਵੱਲ ਵਧਣਾ ਹੀ ਨਾ ਪਵੇ। ਬਿਲਕੁਲ ਜੀ, ਅਗਰ ਫੀਮੇਲ ਜਿਹੜੀਆਂ ਪ੍ਰੋਪਰ ਆਯੁਰਵੈਦਿਕ ਹਰਬਸ ਕਿਸੇ ਅੰਡਰ ਪ੍ਰੋਪਰ ਗਾਈਡਲਾਈਨਸ ਪ੍ਰੋਪਰ ਆਯੁਰਵੈਦਾਚਾਰਿਆ ਤੋਂ ਲੈਣ, ਤਾਂ IVF ਜਾਂ IUI ਦੀ ਜ਼ਰੂਰਤ ਨਹੀਂ ਪੈਂਦੀ ਔਰ ਉਸ ਤਰਫ ਪ੍ਰੋਸੀਡ ਨਹੀਂ ਕੀਤਾ ਜਾਂਦਾ ਉਹਨਾਂ ਨੂੰ। ਨੋਰਮਲੀ IVF ਵਾਸਤੇ ਉਹਨਾਂ ਫੀਮੇਲਸ ਨੂੰ ਮੋਟੀਵੇਟ ਕਰਦੇ ਨੇ ਐਲੋਪੈਥਿਕ ਡਾਕਟਰਸ, ਜਦੋਂ ਉਹਨਾਂ ਦੀਆਂ ਟਿਊਬਸ ਦੇ ਵਿੱਚ ਬਲੋਕੇਜ ਹੁੰਦੀ ਹੈ ਜਾਂ PCOD ਜਿਹੜਾ ਕਿ ਬੜੀ ਦੇਰ ਤੋਂ ਰਹਿ ਰਿਹਾ ਹੈ ਤਦ ਹੁੰਦਾ ਹੈ। ਟਿਊਬਸ ਦੀ ਅਸੀਂ ਗੱਲ ਕਰੀਏ ਤਾਂ ਟਿਊਬਸ ਦਾ ਬਹੁਤ ਮੇਨ ਰੋਲ ਹੁੰਦਾ ਹੈ ਫੈਲੋਪੀਅਨ ਟਿਊਬਸ ਜਿਹੜੀਆਂ ਨੇ ਫੀਮੇਲ ਬੋਡੀ ਦੇ ਵਿੱਚ, ਉਹਨਾਂ ਦਾ ਬਹੁਤ ਮੇਨ ਰੋਲ ਹੁੰਦਾ ਹੈ ਪ੍ਰੈਗਨੈਂਸੀ ਕਰਨ ਦੇ ਵਿੱਚ। ਅਗਰ ਡਿਊ ਟੂ ਸਮ ਰੀਜ਼ਨਸ ਉਹਨਾਂ ਦੀਆਂ ਟਿਊਬਸ ਦੇ ਵਿੱਚ ਬਲੋਕਜ ਹੈ, ਉਹਨਾਂ ਨੂੰ ਅਸੀਂ ਕਹਿੰਦੇ ਆਯੂ ਵਿੱਚ ਸਰੋਤਾ ਅਵਰੋਧ, ਅਤੇ ਉਹ ਵੀ ਇੱਕ ਬਹੁਤ ਮੇਨ ਫੈਕਟਰ ਹੈ ਪ੍ਰੈਗਨੈਂਸੀ ਨਾ ਹੋਣ ਕਰਕੇ ਕਰਨ ਦਾ। ਔਰ ਉਹਦੇ ਵਿੱਚ ਅਸੀਂ ਪੇਸ਼ੈਂਟ ਕੋ HSG ਗ੍ਰਾਮ ਕਰਾਉਂਦੇ, ਉਹਨਾਂ ਦੇ ਹਿਸਟ ਇੱਕ ਟੈਸਟ ਕਰਵਾਇਆ ਜਾਂਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਬਲੋਕੇਜ ਕਲੀਅਰਲੀ ਪਤਾ ਚੱਲ ਜਾਂਦੀ ਹੈ। ਔਰ ਐਲੋਪੈਥੀ ਵਿੱਚ ਅਗਰ ਉਹ ਜਾਣਗੇ ਤਾਂ ਉਹਨਾਂ ਨੂੰ ਕਲੀਅਰ ਕੱਟ ਹੀ ਕੀਤਾ ਜਾਏਗਾ ਕਿ ਦੇਅਰ ਇਜ਼ ਨੋ ਵੇ ਆਊਟ, ਤੁਸੀਂ ਸਿੱਧਾ ਟੈਸਟ ਟਿਊਬ ਵਾਸਤੇ ਜਾਂ IVF ਵਾਸਤੇ ਹੀ ਟਰਾਈ ਕਰੋ। ਬਿਲਕੁਲ, ਸਟਾਰ ਦੇ ਵਿੱਚ ਵੀ ਮੈਂ ਦੇਖਿਆ ਹੈਗਾ ਇੱਕ ਫੀਮੇਲ, ਚਲੋ ਠੀਕ ਹੈ ਅਸੀਂ ਮੰਨਿਆ ਹੈਗਾ ਕਿ ਏਜ ਹੋ ਗਈ ਹੈਗੀ ਆ, ਹੈ ਨਾ, 35 ਤੋਂ ਅਬਵ 40 ਤੱਕ ਪਹੁੰਚ ਕੇ ਹੈਗੇ ਨੇ, ਤਦ IVF ਮੈਂ ਦੇਖਦੀ ਹੈਗੀ ਹਾਂ ਕਿ ਇੱਕ ਛੋਟੀ ਏਜ ਦੇ ਵਿੱਚ ਵੀ 26-28 ਦੀ ਏਜ ਦੇ ਵਿੱਚ ਵੀ IVF ਸੁਜੈਸਟ ਕਰ ਦਿੱਤਾ ਜਾਂਦਾ, ਟੈਸਟ ਟਿਊਬ ਬੇਬੀ ਸੁਜੈਸਟ ਕਰ ਦਿੱਤਾ ਜਾਂਦਾ। ਸੋ ਆਯੁਰਵੇਦ ਦੇ ਵਿੱਚ ਇੱਕ ਪ੍ਰੋਪਰ ਜਿਹੜਾ ਟ੍ਰੀਟਮੈਂਟ ਹੈਗਾ, ਤੁਹਾਨੂੰ ਇਹਨਾਂ ਚੀਜ਼ਾਂ ਵੱਲ ਵਧਣ ਦੀ ਲੋੜ ਹੀ ਨਹੀਂ ਪਏਗੀ। ਸੋ ਜੇਕਰ ਤੁਸੀਂ ਸ਼ੋਅ ਦੇਖ ਰਹੇ ਹੋ, ਤੁਹਾਨੂੰ ਲੱਗ ਰਿਹਾ ਕੋਈ ਇੱਦਾਂ ਦੀ ਪ੍ਰੋਬਲਮ ਹੈਗੀ ਆ, ਹੋਸਪਿਟਲਸ ਦੇ ਵਿੱਚ ਜਾ ਰਿਹਾ, ਤੁਹਾਨੂੰ ਸੁਜੈਸਟ ਕੀਤੀ ਜਾ ਰਹੀ ਹੈ ਇੱਦਾਂ ਦੀ ਕੋਈ ਚੀਜ਼, ਜੇਕਰ ਤੁਸੀਂ ਨੋਰਮਲੀ ਠੀਕ ਹੋ ਜਾਓ ਤਾਂ ਮੇਰੇ ਖਿਆਲ 'ਚ ਜ਼ਿਆਦਾ ਬੈਟਰ ਹੋਏਗਾ। ਸੋ ਆਯੁਰਵੇਦ ਦੀ ਹੈਲਪ ਲੈ ਸਕਦੇ ਹੋ ਜੀ, ਤੁਸੀਂ ਮੈਮ ਦੀ ਹੈਲਪ ਲੈ ਸਕਦੇ ਹੋ, ਮੈਮ ਅੱਜ ਸਾਡੇ ਸ਼ੋਅ ਦੇ ਵਿੱਚ ਵੀ ਨੇ, ਇਹਨਾਂ ਨੂੰ ਮਿਲ ਵੀ ਸਕਦੇ ਹੈਗੇ ਹੋ, ਪ੍ਰੋਪਰ ਨੰਬਰ ਜਿਹੜੇ ਨੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਵੀ ਆਪਣਾ ਟ੍ਰੀਟਮੈਂਟ ਜਿਹੜਾ ਘਰ ਬੈਠੇ ਵੀ ਸ਼ੁਰੂ ਕਰਵਾ ਸਕਦੇ ਹੈਗੇ ਹੋ, ਪ੍ਰੋਪਰ ਗਾਈਡੈਂਸ ਜਿਹੜੀ ਦਿੱਤੀ ਜਾਵੇਗੀ। 24 ਘੰਟੇ ਨੰਬਰ ਅਵੇਲੇਬਲ ਨੇ, ਕਿਸੇ ਵੀ ਵੇਲੇ ਇਹਨਾਂ ਨੰਬਰ 'ਤੇ ਕਾਲ ਕਰਨੀ ਹੈਗੀ ਆ, ਆਪਣੀ ਪ੍ਰੋਬਲਮ ਡਿਸਕਸ ਕਰੋ। ਜੇਕਰ ਆਪਣੀਆਂ ਆਲਰੇਡੀ ਟ੍ਰੀਟਮੈਂਟ ਚੱਲ ਰਿਹਾ, ਰਿਪੋਰਟਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਸੈਂਡ ਕਰ ਸਕਦੇ ਹੋ। NDCare ਦੀ ਇੱਕ ਐਪ ਹੈ, ਉਸ ਨੂੰ ਜ਼ਰੂਰ ਡਾਊਨਲੋਡ ਕਰਕੇ ਰੱਖੋ, ਉੱਥੋਂ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲਦੀ ਰਹੇਗੀ, ਉਹਨਾਂ 'ਤੇ ਆਪਣੀਆਂ ਰਿਪੋਰਟ ਸੈਂਡ ਕਰ ਸਕਦੇ ਹੋ। ਵੈਬਸਾਈਟ ਜਿਹੜੀ ਫਲੈਸ਼ ਹੋ ਰਹੀ ਨੇ, ਇਹਨਾਂ ਵੈਬਸਾਈਟ 'ਤੇ ਰਿਪੋਰਟ ਸੈਂਡ ਕਰ ਸਕਦੇ ਹੋ, ਨੰਬਰ ਜਿਹੜੇ ਨੇ ਇਹਨਾਂ 'ਤੇ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ, ਗਾਈਡੈਂਸ ਜਿਹੜੀ ਆ ਉਹ ਦੇ ਸਕਦੇ ਹੈਗੇ ਹੋ। ਅਤੇ ਨਾਲ ਦੀ ਨਾਲ ਜੇਕਰ ਮਿਲਣਾ ਹੈਗਾ ਤੁਸੀਂ ਡਾਕਟਰ ਨਵਦੀਪ ਸ਼ਰਮਾ ਜੀ ਨੂੰ, ਤਦ ਤੁਸੀਂ ਮਿਲ ਸਕਦੇ ਹੋ ਜੀ 14 ਅਤੇ 15 ਅਗਸਤ ਨੂੰ ਨਿਊਯਾਰਕ ਦੇ ਵਿੱਚ, ਅਤੇ ਨਾਲ ਦੀ ਨਾਲ 17 ਅਤੇ 18 ਅਗਸਤ ਨੂੰ ਕੈਲੀਫੋਰਨੀਆ ਦੇ ਵਿੱਚ। ਮੈਮ ਨੂੰ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਮਿਲ ਸਕਦੇ ਹੋ, ਪਰ ਉਹਦੇ ਲਈ ਅਪੁਆਇੰਟਮੈਂਟ ਪਹਿਲਾਂ ਫਿਕਸ ਕਰਵਾਉਣੀ ਪਏਗੀ। ਅਦਰਵਾਈਜ਼ ਕੋਈ ਹੋਰ ਛੋਟੀ ਮੋਟੀ ਪ੍ਰੋਬਲਮ ਹੈਗੀ ਆ, ਤੁਸੀਂ ਨੋਰਮਲੀ ਜਰਨਲੀ ਜਿਹੜੇ ਸੈਂਟਰਸ ਹੈਗੇ ਨੇ ਉੱਥੇ ਵਿਜ਼ਿਟ ਕਰ ਸਕਦੇ ਹੋ, ਉਹਨਾਂ ਸੈਂਟਰਸ ਦੇ ਐਡਰੈਸ ਇਹਨਾਂ ਨੰਬਰ ਤੋਂ ਹੀ ਤੁਹਾਨੂੰ ਮਿਲ ਜਾਣਗੇ। ਸੋ ਜ਼ਰੂਰ ਜੀ। ਸੋ ਮੈਮ, ਪਰ ਇੱਕ ਆਯੁਰਵੇਦ ਨੂੰ ਲੈ ਕੇ ਇੱਕ ਮਿੱਥ ਬਣੀ ਹੋਈ ਆ, ਇਸੇ ਕਰਕੇ ਲੋਕ ਜਾਂਦੇ ਨੇ ਮੇਰੇ ਖਿਆਲ ਦੇ ਵਿੱਚ ਐਲੋਪੈਥੀ ਵੱਲ, ਕਿ ਅਸੀਂ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਥੋੜ੍ਹਾ ਲੰਬਾ ਹੋ ਜਾਏਗਾ, ਹੈ ਨਾ। ਸੋ ਹੁਣ ਜਿਵੇਂ ਇਨਫਰਟੀਲਿਟੀ ਦੀ ਗੱਲ ਹੋ ਰਹੀ ਹੈ, ਸੋ ਕਿੰਨੀ ਕੁ ਦੇਰ ਦਾ ਟ੍ਰੀਟਮੈਂਟ ਲੈਣ ਤੋਂ ਬਾਅਦ ਕੰਸੀਵ ਕੀਤਾ ਜਾ ਸਕਦਾ? ਦੇਖੋ, ਆਯੁਰਵੇਦਾ ਦੇ ਵਿੱਚ ਅਗਰ ਅਸੀਂ ਗੱਲ ਕਰੀਏ, ਚਾਹੇ ਐਲੋਪੈਥੀ ਦੇ ਵਿੱਚ ਗੱਲ ਕਰੀਏ, ਅਗਰ ਅਸੀਂ ਇੱਕ ਫੀਮੇਲ ਨੂੰ ਇਨਫਰਟਾਈਲ ਉਦੋਂ ਮੰਗਦੇ ਹਾਂ ਜਦੋਂ ਉਹਨਾਂ ਦੀ ਮੈਰਿਜ ਤੋਂ ਬਾਅਦ ਉਹ ਸੀਰੀਅਸਲੀ ਟੂਵਰਡਸ ਪ੍ਰੈਗਨੈਂਸੀ ਕਮ ਸੇ ਕਮ ਵੀ 9 ਜਾਂ 10 ਮਹੀਨੇ ਟ੍ਰਾਇਲ ਉਹਨਾਂ ਨੇ ਕੀਤਾ ਹੈ, ਉਹਨਾਂ ਨਹੀਂ ਕੰਸੀਵ ਕੀਤਾ ਹੈ, ਉਸ ਤੋਂ ਬਾਅਦ ਹੀ ਉਹਨਾਂ ਨੂੰ ਟ੍ਰੀਟਮੈਂਟ ਵੱਲ ਜਾਣਾ ਚਾਹੀਦਾ ਹੈ। ਤਾਂ ਉਸ ਤੋਂ ਬਾਅਦ ਅਸੀਂ ਜਦੋਂ ਆਪਣੀ ਹਰਬਸ ਦੀ ਗੱਲ ਕਰਦੇ ਹਾਂ, ਪ੍ਰੋਪਰ ਤਰੀਕੇ ਨਾਲ ਅਗਰ ਉਹ ਟ੍ਰੀਟਮੈਂਟ ਫੋਲੋ ਕਰਨ, ਤਾਂ ਵਿਦਇਨ ਕਈ ਤਾਂ ਫੀਮੇਲਸ ਜਿਹੜੀਆਂ ਨੇ ਵਿਦਇਨ 3-4 ਮੰਥਸ
ਵੀ ਉਹਨਾਂ ਨੂੰ ਕਨਸੈਪਸ਼ਨ ਹੋ ਜਾਂਦੀ ਹੈ ਡਿਪੈਂਡਸ ਅਪਨ ਫੀਮੇਲ ਟੂ ਫੀਮੇਲ ਬੋਡੀ ਔਰ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ ਹੈ ਉਹਨਾਂ ਦੀ ਬੋਡੀ ਦੀ ਐਕਸੈਪਟੇਬਿਲਟੀ ਕਿੰਨੀ ਆ ਹਰਬਸ ਨੂੰ ਲੈ ਕਰਕੇ ਕਿੰਨਾ ਉਹ ਫੋਲੋ ਕਰ ਰਹੇ ਨੇ ਪ੍ਰੋਪਰ ਤਰੀਕੇ ਦੇ ਨਾਲ ਅਗਰ ਜਿਸ ਤਰ੍ਹਾਂ ਉਹ ਫੋਲੋ ਕਰਦੇ ਨੇ ਤਾਂ ਬੜੇ ਅੱਛੇ ਰਿਜ਼ਲਟਸ ਵੀ ਮਿਲਦੇ ਨੇ ਤਾਂ ਮਿਨੀਮਮ 6 to 7 ਜਾਂ 8 ਮੰਥਸ ਤੱਕ ਜਿਹੜਾ ਇਹ ਇੱਕ ਆਈਡੀਆ ਅਸੀਂ ਉਹਨਾਂ ਨੂੰ ਕਲੀਅਰ ਕਰ ਦਿੰਦੇ ਹਾਂ ਕਿ ਪਿਕਚਰ ਕਿ ਤੁਸੀਂ ਹਾਂ ਤੁਹਾਡੇ ਇੱਥੇ ਆ ਕੇ ਜਾਂ ਇਸ ਤਰ੍ਹਾਂ ਇਹ ਪ੍ਰੋਬਲਮ ਹੈ ਜਾਂ ਇਸ ਤਰ੍ਹਾਂ ਦਿਸ ਵੇ ਅਸੀਂ ਐਟਲੀਸਟ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਜਾਂ ਫੀਮੇਲਸ ਆਉਂਦੀਆਂ ਨੇ ਜਾਂ ਬੱਚੇ ਆਉਂਦੇ ਨੇ ਉਹ ਆਪਣੀ ਰਿਪੋਰਟਸ ਲੈ ਕੇ ਆਉਂਦੇ ਨੇ ਕਿ ਅਸੀਂ IVF ਦਾ 1 cycle ਟ੍ਰਾਇਲ ਕਰਕੇ ਆ ਵੀ ਡੋਂਟ ਨੋ ਦਾ ਰੀਜ਼ਨ ਐਟਲੀਸਟ ਉਹਨਾਂ ਨੂੰ ਰੀਜ਼ਨ ਪਤਾ ਹੋਣਾ ਚਾਹੀਦਾ ਕਿ ਕੀ ਰੀਜ਼ਨ ਹੈ ਕਿਸ ਕਰਕੇ ਕਨਸੀਵ ਨਹੀਂ ਉਹ ਕਰ ਪਾ ਰਹੇ ਅਤੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਅੱਖਾਂ ਖੋਲ੍ਹ ਕੇ ਦੇਖੋ ਤੁਹਾਨੂੰ ਕੀ ਪ੍ਰੋਬਲਮ ਹੈ ਔਰ ਅਸੀਂ ਇਸ ਤਰ੍ਹਾਂ ਹਰਬਸ ਦੇ ਨਾਲ ਟ੍ਰੀਟਮੈਂਟ ਦੇ ਰਹੇ ਹਾਂ ਔਰ ਦਿਸ ਵੇ ਉਹਨਾਂ ਦਾ ਲਾਈਨ ਆਫ ਐਕਸ਼ਨ ਇਹ ਰਹੇਗਾ ਇਸ ਤਰੀਕੇ ਨਾਲ ਉਹ ਵਰਕ ਕਰਨਗੀਆਂ ਫਿਰ ਉਸ ਤੋਂ ਬਾਅਦ ਉਹ ਪ੍ਰੋਪਰਲੀ ਪੋਜ਼ਿਟਿਵਿਟੀ ਨਾਲ ਅਗਰ ਹਰਬਸ ਸ਼ੁਰੂ ਕੀਤੀਆਂ ਜਾਣ ਤਾਂ ਬੜੀ ਜਲਦੀ ਹੀ ਰਿਜ਼ਲਟ ਉਹਨਾਂ ਨੂੰ ਮਿਲ ਜਾਂਦੇ ਨੇ ਬਿਲਕੁਲ ਜੀ ਸੋ ਇੱਕ ਨੋਰਮਲ ਜੇਕਰ IVF ਦੇ ਤੁਸੀਂ ਟਰਾਈ ਕਰ ਲਿਆ ਜਾਂ ਸੁਜੈਸਟ ਕੀਤਾ ਗਿਆ ਟੈਸਟ ਟਿਊਬ ਬੇਬੀ ਸੁਜੈਸਟ ਕੀਤਾ ਗਿਆ ਜੇਕਰ ਨੋਰਮਲ ਹਰਬਸ ਦੇ ਨਾਲ ਹੀ ਟ੍ਰੀਟਮੈਂਟ ਹੋ ਜਾਏ ਤਾਂ ਮੇਰੇ ਖਿਆਲ 'ਚ ਬਹੁਤ ਹੀ ਵਧੀਆ ਰਹੇਗਾ ਜੀ ਅਤੇ ਉਹਦੇ ਲਈ ਤੁਸੀਂ ਹੈਲਪ ਲੈ ਸਕਦੇ ਹੋ ਮੈਮ ਦੀ ਨੰਬਰ ਲਗਾਤਾਰ TV ਸਕਰੀਨ 'ਤੇ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਨੂੰ ਨੋਟ ਕਰ ਸਕਦੇ ਹੈਗੇ ਹੋ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਡਿਸਕਸ ਕਰ ਸਕਦੇ ਹੋ ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਹੋ ਅਤੇ ਮੇਰੇ ਨਾਲ ਹੀ ਡਾਕਟਰ ਮੋਨਿਕਾ ਸ਼ਰਮਾ ਜੀ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ